ਨਰਕ ਨਾਲੋਂ ਵੀ ਭੈੜਾ ਇਹਦੇ ਨਾਲ ਮਰਨਾ ਚੰਗਾ ਸਾਲਾ ਇੱਥੇ ਜੀਵਨ। ਸਾਨੂੰ ਕੋਈ ਪਤਾ ਨਹੀਂ ਕੀ ਨਿਯਮ ਲਾਗੂ। ਇੱਥੇ 2 ਘੰਟੇ ਹੋ ਗਏ ਘੁੰਮਦਿਆਂ, ਕੋਈ ਉੱਧਰ ਭੇਜ ਰਿਹਾ ਕੋਈ ਇੱਧਰ ਭੇਜ ਰਿਹਾ। ਪਹਿਲਾਂ ਨੋਟਬੰਦੀ ਕੀਤੀ ਉਦੋਂ ਲਾਈਨਾਂ 'ਚ ਲਾਤਾ, ਹੁਣ ਫਾਸਟੈਗ ਦੀਆਂ ਲਾਈਨਾਂ 'ਚ ਲਗਾਤਾ। ਆਪਣੇ ਕੰਮ ਕਾਰ ਛੱਡ ਕੇ ਅਸੀਂ ਇਹੀ ਕੰਮਾਂ 'ਤੇ ਲੱਗੇ ਰਹਿੰਦੇ ਹਾਂ। ਸਰ 3 ਮਿੰਟ ਤੋਂ ਬਾਅਦ ਲਾਈਨ ਦੇ ਵਿੱਚ ਖੜੇ ਹੋ, ਪੈਸੇ ਜੋ ਹੈ ਨਹੀਂ ਦਿੱਤੇ ਜਾਣਗੇ, ਇਹਦੇ ਬਾਰੇ 3 ਮਿੰਟ ਦਾ ਕੋਈ ਰੂਲ ਹੀ ਨਹੀਂ? ਕੋਈ ਰੂਲ ਨਹੀਂ ਹੈਗਾ। ਸਰਵਰ ਡਾਊਨ ਹੈ, ਜਦੋਂ ਵੀ ਲੈਣ ਆ ਜਾਓ ਸਰਵਰ ਡਾਊਨ ਹੈ ਜਾਂ ਕੁਛ ਹੋ ਰਿਹਾ, ਫਾਸਟੈਗ ਨਹੀਂ ਹੈਗਾ। ਉਦੋਂ ਕੰਮ ਛੱਡ ਕੇ ਲਾਈਨਾਂ 'ਚ ਲੱਗੇ ਰਹੇ ਸਾਲੇ, ਚਮਚਾਗਰੀ ਕਰਦੇ। ਕਦੇ ਕੋਈ ਕਾਂਗਰਸ ਹੈ ਬਣਿਆ, ਕੋਈ ਅਕਾਲੀ ਬਣਿਆ, ਜੁੱਤੀਆਂ ਖਾਣ ਦੀ ਇਹਨਾਂ ਆਦਤ ਪੈ ਗਈ ਹੈ। ਸਤਿ ਸ਼੍ਰੀ ਅਕਾਲ, ਰੰਗਲਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਮੈਂ ਸਿਮਰਨ ਕੌਰ ਸਵਾਗਤ ਕਰਦੀ ਹਾਂ। ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਦੇ ਲਾਗੇ ਲਾਡੋਵਾਲ ਟੋਲ ਪਲਾਜ਼ਾ 'ਤੇ। ਫਾਸਟੈਗ ਨਿਯਮ ਲਾਗੂ ਹੋ ਚੁੱਕਿਆ, ਜਿਹਦਾ ਮਤਲਬ ਹੀ ਇਹੀ ਹੈ ਕਿ ਟੋਲ ਪਲਾਜ਼ਾ 'ਤੇ ਜਾਮ ਨਾ ਲੱਗ ਸਕੇ ਅਤੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਪਰ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਤੁਸੀਂ ਭੀੜ ਜੋ ਹੈ ਤੁਸੀਂ ਦੇਖ ਸਕਦੇ ਹੋ। ਫਾਸਟੈਗ ਦੇ ਬਾਰੇ ਲੋਕ ਕਿੰਨੇ ਕੁ ਜਾਣੂ ਨੇ ਆਪਾਂ ਉਹਨਾਂ ਤੋਂ ਪੁੱਛ ਲੈਂਦੇ, ਪਰ ਇੱਕ ਵਾਰ ਮੈਂ ਤੁਹਾਨੂੰ ਦਿਖਾ ਦਿੰਦੀ ਆਪਣੇ ਪਿੱਛੇ ਕਿ ਕਿੰਨਾ ਜੋ ਹੈ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਉਰੇ ਲਾਈਨਾਂ 'ਤੇ ਲਾਈਨਾਂ ਲੱਗੀਆਂ ਹੋਈਆਂ ਨੇ। ਕੁਛ ਨਹੀਂ ਜਾਣਦੇ ਜੀ, ਅਸੀਂ ਤਾਂ ਹੁਣ ਆ ਕੇ ਦੇਖਿਆ, ਕੁਛ ਦੱਸਿਆ ਨਹੀਂ ਇਹਨਾਂ ਨੇ। ਆਹ ਦੇਖੋ ਕਿੱਦਾਂ ਲਾਈਨਾਂ ਲੱਗੀਆਂ, ਨਾਲੇ ਕਹਿੰਦੇ 3 ਮਿੰਟ ਤੋਂ ਜੇ ਉੱਪਰ ਹੋ ਜਾਵੇ ਪਰਚੀ ਨਹੀਂ ਕੱਟਣੀ ਹੈ ਨਾ। ਮੈਂ ਵੀਡੀਓ ਔਨ ਕੀਤੀ ਆ, ਹੁਣ ਦੇ ਉੱਥੇ ਜਾ ਕੇ ਮੈਂ ਹੰਗਾਮਾ ਕਰਨਾ। ਠੀਕ ਹੈ, ਗੰਦ ਪਾਇਆ ਇਹਨਾਂ ਨੇ, ਕੀ ਇੱਥੇ ਸਾਲਿਆਂ ਨੇ ਲੁੱਟ ਮਚਾਈ ਹੈ। ਸਭ ਤੋਂ ਮਹਿੰਗਾ ਪੰਜਾਬ ਹੈ ਜੋ ਟੋਲ ਪਲਾਜ਼ਾ ਇੱਥੇ ਆ। ਠੀਕ ਹੈ, ਅੰਮ੍ਰਿਤਸਰ ਨੂੰ ਜਾਈਦਾ 80 ਰੁਪਈਏ ਲੱਗਦੇ, ਇੱਥੋਂ 150 ਕਿਲੋਮੀਟਰ ਹੈ। ਇੱਥੋਂ ਮੇਰਾ 40 ਕਿਲੋਮੀਟਰ ਆ ਲੁਧਿਆਣਾ, ਇੱਥੇ 195 ਰੁਪਈਏ ਲੱਗਣੇ, 175 ਰੁਪਈਏ। ਲੁੱਟੇ ਮਚਾਈ ਹੈ ਸਾਲੇ ਅਕਾਲੀ ਕਾਂਗਰਸੀਆਂ ਨੇ। ਉੱਦਾਂ ਦੇ ਲੋਕ ਆ, ਸਭ ਗੰਦੇ ਆ, ਗੰਦੀ ਨਾਲੀ ਦੇ ਗੰਦੇ ਕੀੜੇ ਆ ਜਿੰਨੇ ਵੀ ਆ ਖੜੇ ਸਾਲੇ, ਚਮਚਾਗਿਰੀ ਕਰਦੇ। ਕਦੇ ਕੋਈ ਕਾਂਗਰਸ ਹੈ ਬਣਿਆ, ਕੋਈ ਅਕਾਲੀ ਬਣਿਆ, ਜੁੱਤੀਆਂ ਖਾਣ ਦੀ ਇਹਨਾਂ ਆਦਤ ਪੈ ਗਈ ਹੈ। ਮੈਂ ਬਾਹਰੋਂ ਆਇਆ, 10 ਸਾਲ ਬਾਹਰ ਰਹਿ ਕੇ ਹਾਂ, ਇੱਕ ਤਰ੍ਹਾਂ ਦਾ ਮੈਂ ਨਰਕ 'ਚ ਹਾਂ ਹੁਣ ਇਸ ਟਾਈਮ। ਇੰਨਾ ਗੰਦਾ, ਮਤਲਬ ਇੰਡੀਆ ਜੋ ਹੈ ਨਰਕ ਹੈ ਤੁਹਾਡੇ ਲਈ? ਨਰਕ ਨਾਲੋਂ ਵੀ ਭੈੜਾ, ਇਹਦੇ ਨਾਲ ਮਰਨਾ ਚੰਗਾ ਸਾਲਾ ਇੱਥੇ ਜੀਣ ਨਾਲੋਂ। ਇੰਨੀ ਭੈੜੀ ਜ਼ਿੰਦਗੀ ਹੈ ਇੱਥੇ ਲੋਕਾਂ ਨੂੰ, ਪਰ ਆਦਤ ਪਈ ਹੈ ਜੁੱਤੀਆਂ ਖਾਣ ਦੀ। ਸਾਲੇ ਝੰਡੇ ਲਾ ਲੈਂਦੇ, ਕੋਈ ਅਕਾਲੀਆਂ ਦਾ ਲਾ ਲੈਂਦਾ, ਕੋਈ ਕਾਂਗਰਸੀਆਂ ਦਾ ਲਾ ਲੈਂਦਾ। ਉਹਨੂੰ ਕਹਿੰਦੇ ਸੀਗੇ ਭਈਆ ਹੈ ਨਾ ਕੇਜਰੀਵਾਲ, ਵੀ 100 ਗੁਣਾ ਚੰਗਾ ਇਹਨਾਂ ਨਾਲੋਂ। ਸਾਲੇ ਕਹਿੰਦੇ ਉਹਨੇ ਇੱਦਾਂ ਜੁੱਤੀਆਂ ਖਾਣੀ ਤਾਂ ਸਾਲੇ ਕਾਂਗਰਸੀਆਂ ਕੋਲੋਂ। ਇੰਨਾ ਗੁੱਸਾ ਚੜ੍ਹਦਾ ਨਾ ਇੱਥੇ ਸਿਸਟਮਾਂ ਤੋਂ, ਨਾ ਸਾਲੇ ਨੂੰ ਕਹਿੰਦੇ ਗੱਡੀ ਚਲਾਉਣੀ। ਆ ਦੇਖੋ ਹਲੇ ਬਾਹਰ ਜੰਗਲ ਦੇ ਸੂਰ ਦੇਖ ਲਓ, ਪੂਰੇ ਰੂਲ ਨਾਲ ਚੱਲਣਗੇ। ਜੰਗਲ 'ਚ ਸੂਰ ਨਹੀਂ ਤੁਰੇ ਫਿਰਦੇ, ਇੱਦਾਂ ਲੋਕ ਇੱਥੇ ਤੁਰੇ ਫਿਰਦੇ ਆ। ਇੰਨਾ ਸੱਚੀ 10 ਸਾਲ ਉੱਤੇ ਗੱਡੀ ਚਲਾ ਨਹੀਂ ਨਿਕਲੀ, ਇੱਥੇ ਬਲੱਡ ਪ੍ਰੈਸ਼ਰ ਸਾਲਾ ਹਾਈ ਹੋ ਜਾਂਦਾ। 1 ਕਿਲੋਮੀਟਰ ਸਿਸਟਮ ਇੰਨਾ ਖਰਾਬ ਹੈ ਕਿ ਤੁਸੀਂ ਗਾਲਾਂ ਕੱਢਣ ਲਈ ਮਜਬੂਰ ਹੋ। ਮਜਬੂਰ ਹਾਂ ਜੀ, ਮਜਬੂਰ ਪੂਰੇ। ਇੰਨਾ ਗੁੱਸਾ ਚੜ੍ਹਦਾ ਇੱਥੇ। ਜਿਵੇਂ ਸਾਲ ਦੇ ਆਖਰੀ ਮਹੀਨੇ ਦੇ ਵਿੱਚ ਹਮੇਸ਼ਾ ਕੋਈ ਨਾ ਕੋਈ ਨਿਯਮ ਲਾਗੂ ਕਰ ਦਿੱਤਾ ਜਾਂਦਾ, ਇਹਦਾ ਕੀ ਮਤਲਬ? ਓਏ ਸਾਲੇ, ਆਪ ਅਨਪੜ੍ਹ, ਇਹਨਾਂ ਨੂੰ ਕੀ ਪਤਾ? ਕੋਈ ਲੀਡਰ ਨੂੰ ਹੈਗੀ ਆ ਗੱਲ ਇੱਥੇ? ਸਾਲੇ ਚੋਣਾਂ ਦਾ ਰਹਿੰਦੇ ਕੁੱਤੇ, ਇੰਨੀ ਗਾਲ ਪਾਉਂਦਾ ਇਹਨਾਂ ਨੂੰ ਹੈ ਨਾ। ਮੈਂ ਤਾਂ ਪਿੰਡ ਵਾਲੇ ਕਹਿੰਦੇ ਤੇਰਾ ਦਿਮਾਗ ਫਿਰਿਆ, ਮੈਂ ਪਿੰਡ ਵਾਲਿਆਂ ਨੂੰ ਕਹਿੰਦਾ ਸਾਲੇ ਤੁਹਾਡਾ ਫਿਰਿਆ। ਪੂਛਾਂ ਲੈ ਕੇ ਇਹਨਾਂ ਦੀਆਂ ਕੁਰਸੀਆਂ ਸਾਫ਼ ਕਰਦੇ, ਕੋਈ ਅਕਾਲੀਆਂ ਦੀ, ਕੋਈ ਕਾਂਗਰਸੀਆਂ ਦੀ। ਤੁਸੀਂ ਹੁਣ ਇੰਡੀਆ 'ਚ ਰਹਿਣਾ ਪਸੰਦ ਕਰੋਗੇ ਜਾਂ ਫਿਰ ਬਾਹਰ ਹੀ ਜਾਓਗੇ? ਕਦੇ ਵੀ ਨਹੀਂ, ਮੈਂ ਕਹਿੰਦਾ ਇੱਥੇ ਨਾਲੋਂ ਰਹਿਣ ਨਾਲੋਂ ਮਰਨਾ ਚੰਗਾ। ਹਜੇ ਤੱਕ ਸਪੀਕਰ ਨਹੀਂ ਮਿਲ ਰਿਹਾ, ਕਦੀ ਕਹਿੰਦੇ ਇੱਧਰ ਜਾਓ, ਕਦੀ ਕਹਿੰਦੇ ਉੱਧਰ ਜਾਓ, ਉਹ ਜਿੱਧਰੋਂ ਜਾਓ ਉੱਧਰ ਜਗ੍ਹਾ ਇੱਧਰ ਹੀ ਭੇਜੀ ਜਾਂਦੇ ਨੇ। ਹੁਣ ਮੈਨੂੰ 3 ਘੰਟੇ 2 ਘੰਟੇ ਹੋ ਗਏ ਘੁੰਮਦਿਆਂ, ਕੋਈ ਉੱਧਰ ਭੇਜ ਰਿਹਾ, ਕੋਈ ਇੱਧਰ ਭੇਜ ਰਿਹਾ, ਉਹਦੇ ਮੇਰੀ ਕੋਈ ਸੁਣਵਾਈ ਨਹੀਂ। ਕਹਿੰਦੇ ਰਿਚਾਰਜ ਵੀ ਨਹੀਂ ਕਰਨਾ, ਮਤਲਬ ਡਬਲ ਪੈਸੇ ਦਿਓ ਤਾਂ ਗੱਡੀ ਕਰਨੀ। ਰਿਚਾਰਜ ਕਿਉਂ ਨਹੀਂ ਕਰਨਾ? ਰਿਚਾਰਜ ਕਹਿੰਦੇ ਤਾਂ ਕਰਾਂਗੇ, ਪਹਿਲਾਂ ਫਾਸਟਵੇ ਦਾ ਫਾਸਟੈਗ ਦਾ ਸਟਿੱਕਰ ਲਗਾਏਗਾ ਤਾਂ ਕਰਨਾ ਹੈ ਰਿਚਾਰਜ। ਤੁਸੀਂ ਸਟਿੱਕਰ ਲਗਾਇਆ ਹੋਇਆ? ਸਟਿੱਕਰ ਬਣਵਾਉਣਾ ਦਿੱਤਾ ਹੈ ਇਹਨਾਂ ਨੂੰ, ਅੱਜ 2.5 ਮਹੀਨੇ ਹੋ ਗਏ, 3 ਮਹੀਨੇ, ਬਟ ਫਿਰ ਵੀ ਸਟਿੱਕਰ ਹੀ ਨਹੀਂ ਮਿਲਦਾ ਪਿਆ, ਹੁਣ ਅਸੀਂ ਕਿੱਥੇ ਜਾਵੇ ਆਮ ਜਨਤਾ। ਤੁਸੀਂ ਵੇਖ ਸਕਦੇ ਹੋ ਕਿ ਫਾਸਟੈਗ ਦੇ ਨਾਮ 'ਤੇ ਲੋਕਾਂ ਨੂੰ ਕਿਵੇਂ ਹਰਾਸ ਕੀਤਾ ਜਾ ਰਿਹਾ, ਜਿਵੇਂ ਬਹੁਤ ਜ਼ਿਆਦਾ ਤੰਗ ਕੀਤਾ ਜਾ ਰਿਹਾ ਨਾ, ਹਰਾਸਮੈਂਟ, ਕਦੀ ਇੱਧਰ ਜਾਓ, ਕਦੀ ਉੱਧਰ ਜਾਓ, ਕਦੀ ਕਿੱਥੇ ਜਾਓ, ਸਮਝ ਨਹੀਂ ਆ ਰਹੀ ਹੈ। ਤੁਹਾਨੂੰ ਕਿੰਨਾ ਟਾਈਮ ਹੋਇਆ ਲਾਈਨ ਦੇ ਵਿੱਚ? ਲਾਈਨ 'ਚ ਲੱਗਿਆ ਨੂੰ ਮੈਨੂੰ 1.5 ਘੰਟਾ ਹੋ ਗਿਆ। ਅੱਧਾ ਪੌਣਾ ਘੰਟਾ ਹੋ ਚੁੱਕਿਆ ਅਤੇ ਹਲੇ ਵੀ ਇਹ ਪਰੇਸ਼ਾਨ ਨਜ਼ਰ ਆ ਰਹੇ ਨੇ। ਤੁਸੀਂ ਵੇਖ ਸਕਦੇ ਹੋ ਕਿ ਫਾਸਟੈਗ ਨਿਯਮ ਕਰਕੇ ਲੋਕਾਂ ਨੂੰ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਆਓ ਆਪਾਂ ਲੋਕਾਂ ਤੋਂ ਹੀ ਜਾਣ ਲੈਂਦੇ ਆ ਅਤੇ ਜਾਣ ਲੈਂਦੇ ਹਾਂ ਕਿ ਉਹਨਾਂ ਨੂੰ ਫਾਸਟੈਗ ਨਿਯਮ ਦੇ ਬਾਰੇ ਕੁਝ ਪਤਾ ਵੀ ਹੈ ਜਾਂ ਨਹੀਂ। ਨਹੀਂ ਗਾ, 3 ਮਿੰਟ ਤੋਂ ਜ਼ਿਆਦਾ ਜੇ ਵੇਟ ਕਰੋ ਇੱਥੇ ਪਰਚੀ ਨਹੀਂ ਕਟਾ ਸਕਦੇ ਤੁਸੀਂ। ਸਿਮਰਨਜੀਤ ਸਿੰਘ ਬੈਂਸ ਕਿੰਨੀ ਵਾਰੀ ਇੱਥੇ ਆਇਆ ਆ, ਹੋਰਨ ਮਾਰ ਰਹੇ ਆ ਲੋਕੀ, ਲੋਕਾਂ ਨੂੰ ਸ਼ਰਮ ਨਹੀਂ ਹੈਗੀ, ਪਿੱਛੇ ਵੇਟ ਕਰਦੇ ਇੱਥੇ ਆ ਕੇ ਧਰਨਾ ਲਾਉਣ ਇਹਨਾਂ ਵਿਰੋਧ ਹੈ ਨਾ। ਫੇ ਆ ਇਹਨਾਂ ਨੂੰ ਵੀ ਅਕਲ ਆਵੇ, ਸਰਕਾਰ ਨੂੰ ਵੀ ਅਕਲ ਆਵੇ। ਲੋਕੀ ਸਾਲੇ ਜੰਗਲੀ ਬੈਠੇ ਪਿੱਛੇ ਵੇਟ ਕਰਨ ਲੱਗੇ, ਹੁਣ ਹੋਰਨ ਮਾਰਨ ਲੱਗੇ ਆ, ਇਹਨਾਂ ਕੋਲ ਆ ਕੇ ਇਹਨਾਂ ਨੂੰ ਸੁਣਾਉਣ ਹੈ ਨਾ।
ਫੋਨ ਮਾਰਿਆਂ ਦਾ ਕੀ ਫਾਇਦਾ, ਮੈਨੂੰ ਮਾਰ ਰਹੇ ਹੁਣ, ਇਹਨਾਂ ਨੂੰ ਥੋੜ੍ਹਾ ਮਾਰ ਰਹੇ ਆ। 15 ਮਿੰਟ ਹੋ ਗਏ, 15 ਮਿੰਟ ਤੋਂ ਉੱਪਰ ਹੋ ਗਿਆ ਮੈਨੂੰ ਇੱਥੇ ਆਏ ਨੂੰ, ਹੈ ਨਾ। ਜਿਵੇਂ ਸਰ 3 ਮਿੰਟ ਤੋਂ ਬਾਅਦ ਲਾਈਨ ਦੇ ਵਿੱਚ ਖੜੇ ਹੋਣ, ਪੈਸੇ ਜੋ ਹੈ ਨਹੀਂ ਦਿੱਤੇ ਜਾਣਗੇ, ਇਹਦੇ ਬਾਰੇ ਕੀ ਕਹੋ? 3 ਮਿੰਟ ਦਾ ਕੋਈ ਰੂਲ ਹੀ ਨਹੀਂ, ਕੋਈ ਰੂਲ ਨਹੀਂ ਹੈਗਾ, ਨਹੀਂ ਮੈਮ। ਵੀਡੀਓ ਬਣਾਓ, 3 ਮਿੰਟ ਦਾ ਹੈ ਨਹੀਂ ਰੂਲ, ਠੀਕ ਹੈ। 3 ਮਿੰਟ ਦਾ ਕੋਈ ਰੂਲ ਨਹੀਂ ਹੈ, ਕੋਈ ਰੂਲ ਨਹੀਂ ਹੈਗਾ। ਫਿਰ ਕਿਹੜਾ ਰੂਲ ਹੈ ਸਾਨੂੰ ਪਲੀਜ਼ ਐਕਸਪਲੇਨ ਕੀਤਾ। ਇਹ ਕਹਿੰਦੇ 3 ਮਿੰਟ ਦਾ ਰੂਲ ਹੈਗਾ, ਦਿਖਾਓ ਰੂਲ, ਦਿਖਾਓ ਕਿੱਥੇ ਆ, ਕਿਹਨੂੰ ਸੱਦ ਸੱਦ ਕੇ ਕੀ ਹੁਣ ਸੱਦ ਕੇ ਕੀ ਹੈ, ਮੈਂ ਤੁਹਾਨੂੰ ਦੱਸ ਦੇਣਾ ਰੂਲ ਹੈ ਨਹੀਂ ਗਾ। ਤੁਸੀਂ ਵੇਖ ਸਕਦੇ ਹੋ ਜੋ ਕਰਮਚਾਰੀ ਨੇ ਉਹਨਾਂ ਦੇ ਵੱਲੋਂ ਸਾਫ਼ ਮਨਾ ਕੀਤਾ ਜਾ ਰਿਹਾ ਕਿ 3 ਮਿੰਟ ਦਾ ਕੋਈ ਰੂਲ ਹੀ ਨਹੀਂ ਹੈ। ਟੈਗ ਹੀ ਨਹੀਂ ਹੈ ਜੀ ਇਹਨਾਂ ਕੋਲ, ਕਿਸੇ ਵੀ ਕੰਪਨੀ ਦੇ ਕੋਈ ਟੈਗ ਨਹੀਂ ਮਿਲ ਰਹੇ। ਬੜੀ ਪਰੇਸ਼ਾਨੀ ਆ ਰਹੀ ਹੈ, ਨਾ ਅਸੀਂ ਗੱਡੀ ਆਪਣੀ ਕਿਤੇ ਅੱਗੇ ਲਿਜਾ ਸਕਦੇ ਹਾਂ, ਨਾ ਸਾਨੂੰ ਕੋਈ ਸਾਧਨ ਕੋਈ ਸਿਸਟਮ ਕੋਈ ਲਵਾਉਣ ਆਏ ਸੀਗੇ ਤੇ ਹੁਣ ਕਹਿੰਦੇ ਟੈਗ ਹੈ ਨਹੀਂ, ਹੁਣ ਟੈਗ ਨਹੀਂ ਹੈ, ਕੀ ਕਰਾਂਗੇ ਦੱਸੋ? ਦੁਬਾਰਾ ਇਹ ਕੰਮ ਕਰੀਏ ਅਸੀਂ, ਆਪਣੇ ਕੰਮ ਛੱਡ ਕੇ ਅਸੀਂ ਫਾਸਟ ਟੈਗ ਦੇ ਚੱਕਰਾਂ ਦੇ ਵਿੱਚ ਉਲਝਾ ਤਾ ਇਹ ਸਰਕਾਰ ਨੇ। ਟਾਈਮ ਲਿਮਿਟ ਦੀ ਵੀ ਡੈਡਲਾਈਨ ਦਿੱਤੀ ਵੀ 15 ਤਰੀਕ ਤੋਂ ਬਾਅਦ ਤੁਹਾਡੇ ਗੱਡੀ ਦੇ ਉੱਪਰ ਜੇ ਫਾਸਟ ਟੈਗ ਨਹੀਂ ਲੱਗਿਆ ਤਾਂ ਡਬਲ ਚਾਰਜ ਹੀ ਲੈ ਜਾਣਗੇ। ਜਦਕਿ ਸਰਕਾਰ ਨੂੰ ਪਹਿਲਾਂ ਚਾਹੀਦਾ ਸੀਗਾ ਇਹ ਫਾਸਟ ਟੈਗ ਪਹਿਲਾਂ ਸਭ ਤੋਂ ਜ਼ਿਆਦਾ ਬਣਾਉਂਦੀ, ਫਿਰ ਉਹ ਡਿਲੀਵਰ ਕਰਦੀ ਲੋਕਾਂ ਨੂੰ। ਜਦਕਿ ਇਹ ਉਲਟਾ ਇਹਨਾਂ ਨੇ ਕੰਮ ਸ਼ੁਰੂ ਕਰਤਾ, ਡੈਡਲਾਈਨ ਦੇਤੀ, ਲੋਕ ਧੱਕੇ ਖਾਈ ਜਾਣ, ਲਾਈਨਾਂ 'ਚ ਲੱਗੇ ਰਹਿਣ। ਸਰਕਾਰ ਨੂੰ ਕਿਸੇ ਬਾਰੇ ਕੋਈ ਉਹ ਨਹੀਂ ਹੈ ਵੀ ਅਸੀਂ ਕਿਸੇ ਪਬਲਿਕ ਦੀ ਪਰੇਸ਼ਾਨੀ ਵਾਸਤੇ ਕੋਈ ਕੰਮ ਸਹੀ ਕਰ ਲਈਏ। ਪਹਿਲਾਂ ਨੋਟਬੰਦੀ ਕੀਤੀ ਉਦੋਂ ਲਾਈਨਾਂ 'ਚ ਲਾਤਾ, ਹੁਣ ਫਾਸਟ ਟੈਗ ਦੀਆਂ ਲਾਈਨਾਂ 'ਚ ਲਗਾਤਾ, ਆਪਣੇ ਕੰਮ ਕਾਰ ਛੱਡ ਕੇ ਅਸੀਂ ਇਹੀ ਕੰਮਾਂ 'ਤੇ ਲੱਗੇ ਰਹਿੰਦੇ ਹਾਂ। ਬਹੁਤ ਖਰਾਬ ਹੈ ਜੀ, ਲਾਗੂ ਕਰਨਾ ਚਾਹੀਦਾ ਸੀ ਸਰਕਾਰ ਨੂੰ ਹੁਣ? ਬਿਲਕੁਲ ਨਹੀਂ ਕਰਨਾ ਚਾਹੀਦਾ। ਕਿਉਂ ਮੈਡਮ? ਦੇਖੋ ਹਰਾਸ ਹੀ ਹੋ ਰਹੇ ਸਾਰੇ ਲੋਕ ਜਿਹੜੇ ਇੱਥੋਂ ਜਾ ਰਹੇ ਨੇ। ਤੁਸੀਂ ਅਗਰ ਉਹ ਡਬਲ ਕਰ ਰਹੇ ਹੋ, ਅਗਰ ਫਾਸਟਟੈਗ ਨਹੀਂ ਲੱਗਾ ਤਾਂ ਉਹ ਅਲਟੀਮੇਟਲੀ ਡਬਲ ਪੇਮੈਂਟ ਚਾਰਜ ਕਰਦੇ ਸਾਡੇ ਕੋਲੋਂ। ਅਤੇ ਹੁਣ ਕਈਆਂ ਕੋਈ ਨਹੀਂ ਪਤਾ ਕਿ ਅਕਾਊਂਟ ਸੀ, ਉਹ ਪੇਪਰ ਦੇਣੇ ਸਭ ਕੁਛ ਕਹਿਣਾ ਹੈਗਾ, ਤਾਂ ਮੁਸ਼ਕਿਲ ਹੀ ਆ। ਤੁਸੀਂ ਅਕੋਰਡਿੰਗਲੀ ਗਲਤ ਹੈ, ਤੁਸੀਂ ਲਗਵਾਇਆ ਫਾਸਟਟੈਗ? ਅਭੀ ਤੱਕ ਨਹੀਂ ਹੈ ਫਾਸਟਟੈਗ, ਅਜੇ ਤਾਂ ਹਲੇ ਲਵਾਇਆ ਨਹੀਂ ਮੈਡਮ। ਲਗਵਾਇਆ ਨਹੀਂ ਹਲੇ ਫਾਸਟਟੈਗ? ਨਹੀਂ ਲਵਾਇਆ। ਅਤੇ ਤੁਹਾਨੂੰ ਲੱਗਦਾ ਕਿ ਫਾਸਟਟੈਗ ਜਿਹੜਾ ਨਿਯਮ ਹੈ ਲਾਗੂ ਹੋ ਜਾਣਾ ਚਾਹੀਦਾ ਸੀ ਇੰਨੀ ਜਲਦੀ? ਹਾਂਜੀ ਹਾਂਜੀ। ਇਹਦਾ ਫਾਇਦਾ ਕੀ ਹੋ ਰਿਹਾ? ਫਾਇਦਾ ਹਲੇ ਲਵਾਇਆ, ਲਵਾਉਣ ਤੋਂ ਬਾਅਦ ਪਤਾ ਲੱਗੂਗਾ ਜੀ। ਫਾਸਟਟੈਗ ਹੈ ਕਿ ਤੁਹਾਨੂੰ ਇੰਨਾ ਪਤਾ ਹੈ? ਨਹੀਂ ਹੈ। ਕਿੱਥੋਂ ਲਗਵਾਇਆ ਜਾ ਰਿਹਾ? ਇੱਥੇ ਲੋਕਲੀ ਲੱਗਦੇ ਪਤਾ। ਤੁਸੀਂ ਵੇਖ ਸਕਦੇ ਹੋ ਕਿ ਫਾਸਟਟੈਗ ਨਿਯਮ ਸਰਕਾਰ ਵੱਲੋਂ ਲਾਗੂ ਤਾਂ ਕਰ ਦਿੱਤਾ ਗਿਆ, ਪਰ ਲੋਕਾਂ ਨੂੰ ਹਲੇ ਇਹ ਵੀ ਨਹੀਂ ਪਤਾ ਕਿ ਫਾਸਟਟੈਗ ਹੈ ਕੀ। ਸਾਨੂੰ ਕੋਈ ਪਤਾ ਨਹੀਂ, ਨਵੇਂ ਬੰਦੇ ਆ, ਪੁਰਾਣੇ ਬੰਦੇ ਆ। ਤੁਹਾਨੂੰ ਕਿਸੇ ਤੋਂ ਵੀ ਨਹੀਂ ਪਤਾ ਲੱਗਿਆ ਹੁਣ ਤੱਕ? ਨਾ। ਤੇ ਸਰ ਫਿਰ ਸਰਕਾਰ ਨੂੰ ਕੀ ਕਹਿਣਾ ਚਾਹੋਗੇ, ਕਿਉਂਕਿ ਤੁਹਾਨੂੰ ਨਿਯਮ ਦੇ ਬਾਰੇ ਨਹੀਂ ਪਤਾ ਜਿਹੜਾ ਅੱਜ ਲਾਗੂ ਹੋ ਚੁੱਕਿਆ? ਸਾਨੂੰ ਕੋਈ ਪਤਾ ਨਹੀਂ ਕਿ ਨਿਯਮ ਲਾਗੂ, ਅਸੀਂ ਕੀ ਕਹਿ ਸਕਦੇ ਹਾਂ ਵੀ ਪੁਰਾਣੇ ਬੰਦਿਆਂ ਨੂੰ ਤਾਂ ਕੋਈ ਨਿਯਮ ਐਸਾ ਲਾਗੂ ਕਰਨਾ ਚਾਹੀਦਾ ਵੀ ਜਿਹੜਾ ਵੀ ਆਪਣਾ ਪਰਚੀ ਕਟਾਏ ਔਰ ਜਾਏ। ਹਾਂ ਫਿਰ ਸਰਕਾਰ ਨੂੰ ਕੀ ਕਹਿਣਾ ਚਾਹੋ, ਕਿਉਂਕਿ ਤੁਹਾਨੂੰ ਤਾਂ ਨਿਯਮ ਦੇ ਬਾਰੇ ਪਤਾ ਹੀ ਨਹੀਂ ਹੈ ਕੁਛ? ਹਾਂ ਤੇ ਅਸੀਂ ਉਹਨੂੰ ਕੀ ਕਹਿ ਸਕੀਨੇ ਆ? ਅਸੀਂ ਤਾਂ ਇਹੋ ਰਿਕੁਐਸਟ ਕਰਨੇ ਆ ਵੀ ਸਾਡੇ ਵਾਸਤੇ ਸਿੱਧਾ ਸਾਦਾ ਪ੍ਰੋਗਰਾਮ ਹੋਣਾ ਚਾਹੀਦਾ ਜਿਹੜਾ ਕਿ ਲੋਕ ਆਣ ਔਰ ਜਾਣ। ਤੁਹਾਨੂੰ ਇਹ ਨਹੀਂ ਲੱਗਦਾ ਕਿ ਸਰਕਾਰ ਸਿਰਫ ਪੈਸੇ ਇਕੱਠੇ ਕਰ ਰਹੀ ਹੈ? ਹਾਂ ਹਾਂ ਪੈਸੇ ਇਕੱਠੇ ਕਰ। ਉਹ ਦੇਖੋ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਜਾਮ ਲੱਗੇ ਨੂੰ ਤਕਰੀਬਨ ਅੱਧਾ ਘੰਟਾ ਹੋ ਚੁੱਕਿਆ, ਅਤੇ ਮੈਨੂੰ ਵੀ ਉਰੇ ਖੜੀ ਨੂੰ ਅੱਧੇ ਘੰਟੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ, ਅਤੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਅਤੇ ਲੋਕਾਂ ਦੇ ਵਿੱਚ ਗੁੱਸਾ ਜੋ ਹੈ ਸਰਕਾਰ ਦੇ ਲਈ ਉਹ ਬਹੁਤ ਜ਼ਿਆਦਾ ਆ। ਅਸੀਂ ਹੁਣ ਵੀ ਇੱਕ ਨੌਜਵਾਨ ਨਾਲ ਗੱਲ ਕੀਤੀ ਤਾਂ ਉਸਨੇ ਇੱਥੇ ਤੱਕ ਕਹਿ ਦਿੱਤਾ ਕਿ ਇੰਡੀਆ ਨਰਕ ਹੈ। ਤੁਸੀਂ ਵੇਖ ਸਕਦੇ ਹੋ ਮੇਰੇ ਪਿੱਛੇ ਕਿ ਕਿੰਨਿਆਂ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਅਤੇ ਭੀੜ ਹੈ ਉਹ ਵੱਧਦੀ ਹੀ ਜਾ ਰਹੀ ਹੈ। ਤੁਸੀਂ ਵੇਖ ਸਕਦੇ ਹੋ ਕਿ ਬਹੁਤ ਘੱਟ ਗੱਡੀਆਂ ਤੇ ਜੋ ਫਾਸਟਟੈਗ ਹੈ ਉਹ ਲੱਗਿਆ ਹੋਇਆ। ਫਾਸਟਟੈਗ ਬਾਰੇ ਤਾਂ ਅਸੀਂ ਸਭ ਕੁਝ ਜਾਣਦੇ ਹਾਂ, ਪਰ ਪਹਿਲਾਂ ਮੈਂ ਇਹ ਗੱਲ ਕਵਾਂਗਾ, ਦੇਸ਼ ਕਿੰਨਾ ਡਾਊਨ ਜਾ ਰਿਹਾ। ਗਰੋਥ ਪਹਿਲਾਂ ਹੀ ਜੋ ਸੀਗੀ 20% ਤੋਂ ਸਿਰਫ 3% 'ਤੇ ਆ ਗਈ ਆ। ਜਨਤਾ ਦਾ ਕਿੰਨਾ ਸਮਾਂ ਵੇਸਟ ਹੋ ਰਿਹਾ, 2-2 ਘੰਟੇ ਲਾਈਨ 'ਤੇ ਲੱਗੇ ਹੋਏ ਹੈਗੇ ਆ, ਕਿ ਵਰਕਿੰਗ ਆਵਰ ਘੱਟ ਰਹੇ ਆ, ਕੀ ਕਰੇਗਾ ਦੇਸ਼, ਗਰੋਹ ਕੀ ਕਰੇਗਾ? ਇਹ ਬਹੁਤ ਹੀ ਗਲਤ ਫੈਸਲਾ ਲਿਆ ਗਿਆ ਵਾ। ਹੋਰ ਕਿਤੇ ਵੀ ਇਸ ਤਰ੍ਹਾਂ ਇਹਨੂੰ ਕੁਛ ਮੋਡੀਫਿਕੇਸ਼ਨ ਇਹਦੇ 'ਚ ਕਰਨੀ ਚਾਹੀਦੀ ਆ। ਜੇ ਫਾਸਟਟੈਗ ਦੇ ਵਿੱਚ ਇਹ ਵੀ ਗੱਲ ਕਹੀ ਗਈ ਕਿ ਅਗਰ 3 ਮਿੰਟ ਤੋਂ ਜ਼ਿਆਦਾ ਕੋਈ ਕਾਰ ਖੜੀ ਰਹਿੰਦੀ ਹੈ ਤਾਂ ਉਹਨੂੰ ਪੈਸੇ ਨਹੀਂ ਦੇਣੇ ਪੈਣਗੇ, ਤੁਹਾਨੂੰ ਕੀ ਲੱਗਦਾ ਕਿ ਜਿਹੜਾ ਇਹ ਨਿਯਮ 3 ਮਿੰਟ ਵਾਲਾ ਇਹਦੇ ਬਾਰੇ? ਇਹ ਨਿਯਮ ਤਾਂ ਮੈਡਮ ਪਹਿਲਾਂ ਵੀ ਕਿਹਾ ਗਿਆ ਸੀ, ਜਿਸ ਟਾਈਮ ਅਸੀਂ ਟੋਲ ਪਰਚੀ ਕਟਾਉਂਦੇ ਸੀਗੇ ਉਦੋਂ ਵੀ ਕਿਹਾ ਗਿਆ ਸੀ ਵੀ 3 ਮਿੰਟ ਤੋਂ ਜ਼ਿਆਦਾ ਜੇ ਕੋਈ ਵੀ ਗੱਡੀ ਖੜਦੀ ਆ ਉਹਦੇ 'ਚ ਵੀ ਲਿਖਿਆ ਹੋਇਆ ਸੀ ਰਿਟਨ ਆਇਆ ਵੀ ਉਸ ਨਹੀਂ ਪੈਸੇ ਦੇਣੇ, ਪਰ ਇਹ ਜਨਤਾ ਦੀ ਲੁੱਟ ਹੋ ਰਹੀ ਹੈ ਇੱਥੇ। ਸਰਕਾਰ ਦੇ ਖਿਲਾਫ ਕੀ ਕਹਿਣਾ ਚਾਹੋਗੇ? ਇਹ ਬਿਲਕੁਲ ਗਲਤ ਫੈਸਲਾ ਵਾ, ਦੇਸ਼ ਨੂੰ ਬਿਲਕੁਲ ਗਰਾਵਟ ਵੱਲ ਲੈ ਕੇ ਜਾ ਰਿਹਾ ਫੈਸਲਾ। ਫਾਸਟਟੈਗ ਨਿਯਮ ਦੇ ਨਾਲ ਕਿਸ ਤਰ੍ਹਾਂ ਲੋਕਾਂ ਨੂੰ ਹੈਰਾਸ ਕੀਤਾ ਜਾ ਰਿਹਾ ਹੈ ਤੁਹਾਨੂੰ ਵੀ ਨਹੀਂ ਪਤਾ? ਨਹੀਂ, ਉਹਨਾਂ ਵੱਲੋਂ ਕੋਈ ਜਾਣਕਾਰੀ ਦਿੱਤੀ ਜਾ ਰਹੀ ਹੈ? ਨਹੀਂ ਜੀ, ਲੱਗੇ ਹੋਏ ਲਾਈਨ 'ਚ ਹੈ ਨਹੀਂ, ਸਰਵਰ ਵੀ ਬੰਦ ਹੋਣਾ ਜੀ, ਸਰਵਰ ਡਾਊਨ ਹੈ, ਜਦੋਂ ਵੀ ਲੈਣ ਆਇਓ ਸਰਵਰ ਡਾਊਨ ਹੈ ਜਾਂ ਕੁਛ ਹੋ ਰਿਹਾ, ਫਾਸਟਟੈਗ ਨਹੀਂ ਹੈਗਾ। ਉਧਰ ਕੰਮ ਛੱਡ ਕੇ ਲਾਈਨਾਂ 'ਚ ਲੱਗੇ ਰਹੋ, ਡੇਲੀ ਆਈਦਾ ਲਾਈਨ।
ਤੁਸੀਂ ਵੇਖ ਸਕਦੇ ਹੋ ਕਿ ਇੱਥੇ ਲੋਕ ਹਰ ਰੋਜ਼ ਆਪਣੇ ਜੋ ਹੈ ਫਾਸਟੈਗ ਲੈਣ ਆਉਂਦੇ ਨੇ ਅਤੇ ਜਦੋਂ ਵੀ ਆਉਂਦੇ ਨੇ ਉਹਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਕਿ ਸਰਵਰ ਡਾਊਨ ਹੈ। ਲੋਕਾਂ ਦੀਆਂ ਪਰੇਸ਼ਾਨੀਆਂ ਦੇ ਵਿੱਚ ਸਰਕਾਰ ਵੱਲੋਂ ਵਾਅਦਾ ਕੀਤਾ ਜਾ ਰਿਹਾ, ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। ਫਾਸਟੈਗ ਨਿਯਮ ਲਾਗੂ ਹੋਣ ਤੋਂ ਬਾਅਦ ਅੱਜ ਇਹ ਪਹਿਲਾ ਦਿਨ ਸੀ। ਤੁਸੀਂ ਵੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਇੰਨਾ ਗੁੱਸਾ ਉਮੜ ਰਿਹਾ ਕਿ ਲੋਕ ਹੌਰਨ ਅਤੇ ਹੌਰਨ ਵਜਾ ਰਹੇ ਨੇ ਅਤੇ ਭੀੜ ਇੰਨੀ ਇਕੱਠੀ ਹੋ ਚੁੱਕੀ ਹੈ, ਜਾਮ ਲੱਗ ਚੁੱਕੀ ਹੈ, ਜਦਕਿ ਫਾਸਟੈਗ ਨਿਯਮ ਦਾ ਮਤਲਬ ਹੀ ਇਹੀ ਸੀ ਕਿ ਜਾਮ ਨਹੀਂ ਲੱਗੇਗਾ ਅਤੇ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇੱਥੇ ਸਰਕਾਰ ਨੂੰ ਇਹੀ ਕਹਿਣਾ ਚਾਹੂੰਗੀ ਕਿ ਤੁਸੀਂ ਫਾਸਟੈਗ ਨਿਯਮ ਲਾਗੂ ਕਰ ਤਾਂ ਦਿੱਤਾ, ਪਰ ਇਸ ਦੇ ਬਾਰੇ ਲੋਕਾਂ ਨੂੰ ਜਾਣੂ ਕਰਵਾ ਦੇਣਾ ਚਾਹੀਦਾ ਸੀ। ਕੈਮਰਾਮੈਨ ਅਮਿਤ ਖੰਨਾ ਦੇ ਨਾਲ ਮੈਂ ਸਿਮਰਨ ਕੌਰ, ਲੁਧਿਆਣਾ।